ਤੇ ਇੱਕ ਬਾਦਸ਼ਾਹ ਆਉਂਦਾ ਉਹ ਖੁਸ਼ ਆ ਤੇ ਇੱਕ ਆਪਦੀ ਮਾਲੀ ਦਾ ਮਾਲਾ ਲਾ ਕੇ ਸਿੱਟ ਦਿੰਦਾ ਤੇ ਉਹ ਸਾਰੇ ਉਹਨੂੰ ਇਕੱਠੀ ਕਰਨ ਲੱਗ ਜਾਂਦੇ ਆ ਸਾਡਾ ਉਹ ਹਾਲ ਸਰਕਾਰਾਂ ਤਾਂ ਬਦਨਾਮ ਹੀ ਕਰਦੀਆਂ ਹੁੰਦੀਆਂ ਇਹਨਾਂ ਦੇ ਕੰਮ ਆ ਵੀ ਜਿਹੜਾ ਇਹਨਾਂ ਤੋਂ ਜਿਹੜਾ ਵਿਕੇ ਨਾ ਉਹਨੂੰ ਬਦਨਾਮ ਕਰ ਦਿਓ ਸਾਨੂੰ ਸਭ ਨੂੰ ਪਤਾ ਰਸਗੁੱਲੇ ਖਾ ਕੇ ਗਦਾਰੀਆਂ ਕੀਤੀਆਂ ਫਿਰ ਪੰਥ ਨੇ ਬਖਸ਼ੇ ਥੋੜ੍ਹੀ ਆ ਖਾਲਿਸਤਾਨ ਦਾ ਨਾਰਾ ਲਾਉਣਾ ਮੈਂ ਫੇਰ ਕਹਿੰਦਾ ਵੀ ਸਾਡਾ ਹੱਕ ਆ ਪਰ ਸੰਤਾਂ ਨੇ ਕਦੇ ਵੀ ਆਪਦੇ ਮੂੰਹ ਚੋਂ ਇਹ ਗੱਲ ਨਹੀਂ ਕੱਢੀ ਵੀ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ ਫਿਰ ਸਾਡੇ ਖਾੜਕੂ ਸਿੰਘਾਂ ਨੇ ਹਥਿਆਰਬੰਦ ਲੜਾਈ ਲੜੀ ਉਸ ਹਥਿਆਰਬੰਦ ਲੜਾਈ 'ਚ ਬੜੀਆਂ ਸ਼ਹਾਦਤਾਂ ਹੋਈਆਂ ਬੜਾ ਖੂਨ ਡੁੱਲਿਆ ਉਹ ਵੀ ਸੰਘਰਸ਼ ਆਪਦੀ ਜਗ੍ਹਾ ਉਹ ਵੀ ਠੀਕ ਸੀ ਮੈਂ ਕਦੇ ਵੀ ਨਹੀਂ ਇਹ ਕਹਿੰਦਾ ਉਹ ਗਲਤ ਸੰਘਰਸ਼ ਸੀ ਇਹ ਗੱਲ ਸੰਤ ਆਪ ਕਹਿ ਕੇ ਗਏ ਸੀ ਵੀ ਮੈਂ ਕੌਮ ਨੂੰ ਇੱਕ ਵਾਰੀ ਤਾਂ ਪ੍ਰਤੱਖ ਕਰਾ ਦੂੰਗਾ ਵੀ ਤੁਸੀਂ ਗੁਲਾਮ ਹੋ ਇਹ ਤੋਂ ਪਤਾ ਤਾਂ ਇਹ ਲੱਗਦਾ ਵੀ ਅਸੀਂ ਗੁਲਾਮ ਹਾਂ ਗੁਲਾਮਾਂ ਨੂੰ ਨਿਆਂ ਨਹੀਂ ਮਿਲਦੇ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਮੈਂ ਪਿਛਲੇ ਕੁਛ ਦਿਨਾਂ ਤੋਂ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਸਾਡੀ ਮਾਨਸਿਕਤਾ ਸਮਝਣ ਦੀ ਗੱਲ ਕਰ ਰਹੇ ਹਾਂ ਦੂਜੀ ਗੱਲ ਇਹ ਕਰ ਰਹੇ ਹਾਂ ਵੀ ਜਦੋਂ ਕੋਈ ਕਿਸੇ ਤਰ੍ਹਾਂ ਦੀ ਵੀ ਘਟਨਾ ਹੁੰਦੀ ਆ ਕੋਈ ਇੱਕ ਜਿਵੇਂ ਆਪਣੇ ਇੱਥੇ ਉਹਦੇ ਖਾਲਿਸਤਾਨ ਦਾ ਨਾਰਾ ਲੱਗਿਆ ਹੈ ਨਾ ਖਾਲਿਸਤਾਨ ਦਾ ਨਾਰਾ ਲੱਗਿਆ ਆਪਾਂ ਦੁਬਾਰਾ ਗੱਲ ਕਰਦੇ ਹਾਂ ਕਿਉਂਕਿ ਲਾਈਵ ਆ ਕਈ ਬੰਦੇ ਉੱਥੇ ਵੀ ਸੁਣ ਲੈਣਗੇ ਜੀ ਖਾਲਿਸਤਾਨ ਦਾ ਨਾਰਾ ਲਾਉਣਾ ਮੈਂ ਫੇਰ ਕਹਿੰਦਾ ਵੀ ਸਾਡਾ ਹੱਕ ਆ ਅਸੀਂ ਖਾਲਿਸਤਾਨ ਤੋਂ ਪਿੱਛੇ ਨਹੀਂ ਹਟਦੇ ਅਸੀਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੇ ਵਹਿਣ ਤੋਂ ਸੰਘਰਸ਼ ਦੇ ਬੜੇ ਵਹਿਣ ਬਹਿੰਦੇ ਆ ਬਾਈ ਇਹਨੂੰ ਸਾਇਲੈਂਟ 'ਤੇ ਕਰ ਲਓ ਬੜੇ ਵਹਿਣ ਬਹਿੰਦੇ ਆ ਸੰਘਰਸ਼ ਦੇ ਸੰਘਰਸ਼ ਦਾ ਇੱਕ ਵਹਿਣ ਉਹ ਵਿਆਹ ਸੀ ਜਦੋਂ ਅਸੀਂ ਪਹਿਲਾਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਲੜਾਈ ਲੜੀ ਸੰਤਾਂ ਨੇ ਜਿੱਦੇ ਤੱਕ ਦਰਬਾਰ ਸਾਹਿਬ 'ਤੇ ਅਟੈਕ ਨਹੀਂ ਹੋਇਆ ਉਦੋਂ ਤੱਕ ਅਨੰਦਪੁਰ ਸਾਹਿਬ ਦੇ ਮਤੇ 'ਤੇ ਪਹਿਰਾ ਦਿੱਤਾ ਖੁਦ ਮੁਖਤਿਆਰੀ 'ਤੇ ਪਹਿਰਾ ਦਿੱਤਾ ਉਹਨਾਂ ਨੂੰ ਬਹੁਤ ਜ਼ੋਰ ਲਾ ਲਿਆ ਇਹ ਕਹਿਣ 'ਤੇ ਵੀ ਤੁਸੀਂ ਖਾਲਿਸਤਾਨ ਕਹੋ ਵੀ ਚਾਹੁੰਦੇ ਹੋ ਉਹ ਕਹਿੰਦੇ ਜੀ ਮੈਂ ਨਹੀਂ ਚਾਹੁੰਦਾ ਪਰ ਜੇ ਸਰਕਾਰਾਂ ਦੇਣਗੀਆਂ ਅਸੀਂ ਲੈ ਲਾਂਗੇ ਅਸੀਂ 47 ਵਾਲੀ ਗਲਤੀ ਨਹੀਂ ਕਰਦੇ ਪਰ ਹਜੇ ਅਸੀਂ ਯੂਨੀਅਨ ਦੇ ਵਿੱਚ ਰਹਿ ਕੇ ਹੀ ਦੇਖਣਾ ਅਨੰਦਪੁਰ ਸਾਹਿਬ 'ਤੇ ਪੂਰਾ ਪਹਿਰਾ ਦਿੰਦੇ ਰਹੇ ਜ਼ੋਰ ਲਾ ਲਿਆ ਸਰਕਾਰਾਂ ਨੇ ਪਰ ਸੰਤਾਂ ਨੇ ਕਦੇ ਵੀ ਆਪਦੇ ਮੂੰਹ 'ਚੋਂ ਇਹ ਗੱਲ ਨਹੀਂ ਕੱਢੀ ਵੀ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ ਕਿਉਂ ਦੂਰਦਰਸ਼ੀ ਸੀ ਸਮਝ ਸੀ ਉਹਨਾਂ ਨੂੰ ਵੀ ਸਾਡੀ ਲੜਾਈ ਹਜੇ ਕੀ ਆ ਸਾਡੀ ਲੜਾਈ ਉਸ ਟਾਈਮ ਅਨੰਦਪੁਰ ਸਾਹਿਬ ਦੇ ਮਤੇ 'ਚ ਵੀ ਖੁਦ ਮੁਖਤਿਆਰੀ ਦੀ ਗੱਲ ਸੀ ਆਪਦੇ ਫੈਸਲੇ ਪੰਜਾਬ ਆਪ ਕਰ ਸਕੇ ਉਹ ਹੱਕ ਲੈਣ ਦੀ ਗੱਲ ਸੀ ਅਤੇ ਇਕੱਲੇ ਪੰਜਾਬ ਨੂੰ ਨਹੀਂ ਹੋਰਾਂ ਸੂਬਿਆਂ ਨੂੰ ਵੀ ਦਿਓ ਅੱਛਾ ਇਹ ਸੰਘਰਸ਼ ਹੋਇਆ ਔਰ ਇਸ ਸੰਘਰਸ਼ ਨੇ ਆ ਕੇ ਸਾਨੂੰ ਪਤਾ ਵੀ 84 'ਚ ਬਲੂ ਸਟਾਰ ਓਪਰੇਸ਼ਨ ਹੋ ਗਿਆ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ ਅਤੇ ਉਹ ਸਾਰਾ ਕੁਛ ਸਾਡੀ ਕੌਮ ਨੇ ਪੰਜਾਬ ਨੇ ਹੰਢਾਇਆ ਸਾਨੂੰ ਪਤਾ ਸੀ ਕੀ ਕੁਛ ਉਸ ਉਹਨਾਂ ਦਿਨਾਂ 'ਚ ਸਾਡੇ 'ਤੇ ਬੀਤਿਆ ਫਿਰ ਸਾਡੇ ਖਾੜਕੂ ਸਿੰਘਾਂ ਨੇ ਹਥਿਆਰਬੰਦ ਲੜਾਈ ਲੜੀ ਉਸ ਹਥਿਆਰਬੰਦ ਲੜਾਈ 'ਚ ਬੜੀਆਂ ਸ਼ਹਾਦਤਾਂ ਹੋਈਆਂ ਬੜਾ ਖੂਨ ਡੁੱਲਿਆ ਉਹ ਵੀ ਸੰਘਰਸ਼ ਆਪਦੀ ਜਗ੍ਹਾ ਉਹ ਵੀ ਠੀਕ ਸੀ ਮੈਂ ਕਦੇ ਵੀ ਨਹੀਂ ਇਹ ਕਹਿੰਦਾ ਉਹ ਗਲਤ ਸੰਘਰਸ਼ ਸੀ ਉਸ ਸੰਘਰਸ਼ ਨੇ ਸਾਨੂੰ ਬਹੁਤ ਕੁਛ ਦਿੱਤਾ ਅਸੀਂ ਗਵਾਇਆ ਬਹੁਤ ਕੁਛ ਆ ਪਰ ਜੇ ਅਸੀਂ ਕਹੀਏ ਪ੍ਰਾਪਤੀਆਂ ਨਹੀਂ ਹੋਈਆਂ ਬਹੁਤ ਪ੍ਰਾਪਤੀ ਆ ਉਸ ਸੰਘਰਸ਼ ਦੀ ਅੱਛਾ ਜੇ ਉਹ ਸੰਘਰਸ਼ ਨਹੀਂ ਲੜਿਆ ਜਾਂਦਾ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਮਿਹਣਾ ਰਹਿਣਾ ਸੀ ਕਿਉਂਕਿ ਇਹ ਗੱਲ ਸੰਤ ਆਪ ਕਹਿ ਕੇ ਗਏ ਸੀ ਵੀ ਮੈਂ ਕੌਮ ਨੂੰ ਇੱਕ ਵਾਰੀ ਤਾਂ ਪ੍ਰਤੱਖ ਕਰਾ ਦੂੰਗਾ ਵੀ ਤੁਸੀਂ ਗੁਲਾਮ ਹੋ ਉਦੋਂ ਬਾਅਦ ਕੌਮ ਲੜਾਈ ਆਪਦੀ ਆਪੇ ਲੜ ਲੂਗੀ ਸੋ ਫਿਰ ਕੌਮ ਨੇ ਲੜਾਈ ਲੜੀ ਨਹੀਂ ਤਾਂ ਮਿਹਣਾ ਰਹਿਣਾ ਸੀ ਪੰਜਾਬ ਦਾ ਵੀ ਸਾਡੇ ਸਿਰਾਂ ਸਾਡੇ ਗਲਾਂ 'ਚ ਗੁਲਾਮੀ ਪਾ ਤੀ ਅਤੇ ਸਾਡੀ ਲੜਾਈ ਕੌਣ ਲੜ ਰਿਹਾ ਅਤੇ ਉਹਨਾਂ ਨੇ ਉਹ ਬੰਦਿਆਂ ਨੇ ਲੜਾਈ ਲੜੀ ਸਰਕਾਰਾਂ ਤਾਂ ਬਦਨਾਮ ਹੀ ਕਰਦੀਆਂ ਹੁੰਦੀਆਂ ਇਹਨਾਂ ਦੇ ਕੰਮ ਆ ਵੀ ਜਿਹੜਾ ਇਹਨਾਂ ਤੋਂ ਜਿਹੜਾ ਵਿਕੇ ਨਾ ਉਹਨੂੰ ਬਦਨਾਮ ਕਰ ਦਿਉ ਸੋ ਉਸ ਲੜਾਈ ਤੋਂ ਬਾਅਦ ਸਾਨੂੰ ਪਤਾ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਨੰਦਪੁਰ ਸਾਹਿਬ ਦੇ ਮਤੇ 'ਤੇ ਪਹਿਰਾ ਦੇ ਰਹੇ ਸੀ ਸਾਡੇ ਪੋਲੀਟੀਕਲ ਧਿਰਾਂ ਨੇ ਉੱਥੇ ਗਦਾਰੀਆਂ ਕੀਤੀਆਂ ਕੋਈ ਪੋਲੀਟਿਕਸ ਦਾ ਉਸ ਵੇਲੇ ਦੀ ਸ਼ਖਸੀਅਤ ਨਾਲ ਨਹੀਂ ਖੜੀ ਦੋ ਸੰਤ ਸੀ ਅਨੰਦਪੁਰ ਸਾਹਿਬ ਜਾਂ ਧਰਮ ਯੁੱਧ ਮੋਰਚੇ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿਣੀ ਅਤੇ ਕਥਨੀ ਦੇ ਇੱਕ ਪੂਰੇ ਦੂਜੇ ਸੰਤ ਲੌਂਗੋਵਾਲ ਸਾਨੂੰ ਸਭ ਨੂੰ ਪਤਾ ਰਸਗੁੱਲੇ ਖਾ ਕੇ ਗਦਾਰੀਆਂ ਕੀਤੀਆਂ ਫਿਰ ਪੰਥ ਨੇ ਬਖਸ਼ੇ ਥੋੜ੍ਹੀ ਆ ਹੁਣ ਇਦੋਂ ਬਾਅਦ ਆਉਣੇ ਆ ਜਦੋਂ
ਸਾਡੇ ਖਾੜਕੂ ਸਿੰਘਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਉਸ ਵੇਲੇ ਕਿਸੇ ਇੰਟਲੈਕਚੁਅਲ ਵਰਗ ਨੇ, ਕਿਸੇ ਅਲੀਟ ਨੇ, ਕਿਸੇ ਪੜ੍ਹੇ ਲਿਖੇ ਬੰਦੇ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਕਿਸੇ ਲੀਡਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਗਦਾਰੀਆਂ ਕਰਦੇ ਰਹੇ। ਸੋ ਇਹਦਾ ਮਤਲਬ ਆ, ਅੱਛਾ ਉਦੋਂ ਬਾਅਦ ਆਪਾਂ 2005 'ਚ ਉਹ ਮੂਵਮੈਂਟ ਖਤਮ ਹੋਈ, 2005 ਤੋਂ ਅੱਜ 2020 'ਚ ਬੈਠੇ ਹਾਂ। ਹੁਣ ਤੱਕ 15 ਸਾਲਾਂ 'ਚ ਸੰਘਰਸ਼ ਦੇ ਹੋਰ ਵਹਿਣ ਵਹੇ ਹੋਣੇ ਆ। ਰੀਸੈਂਟ ਤਾਂ ਸਾਡੇ ਕੋਲ ਬਰਗਾੜੀ ਸਰਬੱਤ ਖਾਲਸਾ, ਉਦੋਂ ਪਿੱਛੇ ਦੇਖ ਲਓ ਹੋਰ ਬੜੇ ਮੋਰਚੇ ਲੱਗੇ ਹੋਣੇ ਆ। ਜਾਂ ਨਿਆਂ ਲੈਣ ਖਾਤਰ ਅਸੀਂ ਬੜੀਆਂ ਲੜਾਈਆਂ ਲੜੀਆਂ ਵੀ ਸਾਨੂੰ 84 ਦਾ ਨਿਆਂ ਮਿਲੇ, ਸਾਨੂੰ ਨਵੰਬਰ 84 ਦਾ ਵੀ ਨਿਆਂ ਮਿਲੇ। ਉਦੋਂ ਬਾਅਦ ਖਾਲੜਾ ਸਾਹਿਬ ਵਰਗੀਆਂ ਸ਼ਖਸੀਅਤਾਂ ਸਾਡੇ ਸਾਹਮਣੇ ਆ, ਉਹਨਾਂ ਨੇ ਕੀ ਕੁਛ ਕਰਕੇ ਸਾਡੇ ਸਾਹਮਣੇ ਰੱਖਤਾ, ਪਰ ਕਿਤੇ ਨਿਆਂ ਮਿਲਿਆ? ਅੰਸ਼ਕ ਹੀ ਮਿਲ ਗਿਆ ਹੋਵੇ। ਹਜੇ ਤੱਕ ਸੈਣੀ ਤੋਂ ਉਹਨੂੰ ਕਟਹਿਰੇ 'ਚ ਖੜ੍ਹੇ ਕਰਕੇ ਅਤੇ ਉਸ ਕੇਸ 'ਚ ਨਿਆਂ ਲੈਣ ਖਾਤਰ ਅਸੀਂ ਲੜ ਰਹੇ ਹਾਂ। ਇਹ ਐਡੀ ਵੱਡੀ ਤ੍ਰਾਸਦੀ ਆ ਸਾਡੀ ਕੌਮ ਦੀ। ਇਹ ਤੋਂ ਪਤਾ ਤਾਂ ਇਹ ਲੱਗਦਾ ਵੀ ਅਸੀਂ ਗੁਲਾਮ ਹਾਂ, ਗੁਲਾਮਾਂ ਨੂੰ ਨਿਆਂ ਨਹੀਂ ਮਿਲਦੇ ਹੁੰਦੇ, ਗੁਲਾਮਾਂ ਦੀ ਗੱਲ ਨਹੀਂ ਸੁਣੀ ਜਾਂਦੀ, ਗੁਲਾਮਾਂ ਨੂੰ ਹੱਕ ਨਹੀਂ ਮਿਲਦੇ ਹੁੰਦੇ, ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ। ਇਹ ਜਿਵੇਂ ਅਸੀਂ ਦੇਖਦੇ ਹੁੰਦੇ ਸੀ ਨਾ ਨਾਟਕਾਂ 'ਚ ਵੀ ਇੱਕ ਪਾਸੇ ਗਰੀਬ ਜੀ ਜਨਤਾ ਖੜ੍ਹੀ ਆ ਅਤੇ ਇੱਕ ਬਾਦਸ਼ਾਹ ਆਉਂਦਾ, ਉਹ ਖੁਸ਼ ਆ ਅਤੇ ਇੱਕ ਆਪਦੀ ਮਾਲੀ ਮਾਲਾ ਲਾ ਕੇ ਸਿੱਟ ਦਿੰਦਾ ਅਤੇ ਉਹ ਸਾਰੇ ਉਹਨੂੰ ਇਕੱਠੀ ਕਰਨ ਲੱਗ ਜਾਂਦੇ ਆ। ਸਾਡਾ ਉਹ ਹਾਲ ਆ, ਸਾਡੇ ਨਾਲ ਉਹ ਕਰਦੇ ਆ। ਫਿਰ ਅਸੀਂ ਖਰਾਤਾਂ ਲੈਣ ਵਾਸਤੇ, ਸਾਨੂੰ ਸਾਡੇ ਗੁਰੂਆਂ ਨੇ ਪੈਦਾ ਕੀਤਾ ਜਾਂ ਇੱਕ ਵਿਲੱਖਣਤਾ ਦਿੱਤੀ ਆ ਕਿ ਆਪਦੇ ਹੱਕ ਲੈਣ ਵਾਸਤੇ ਅਸੀਂ ਲੜਦੇ ਹਾਂ। ਅੱਜ ਜਿੱਥੇ ਖੜ੍ਹੇ ਹਾਂ ਇਸ ਗੱਲ ਦੀ ਆਪਾਂ ਜਮਾਂ ਹੀ ਇਹ ਗੱਲ ਨੂੰ ਆਪਾਂ ਪ੍ਰਮਾਣ ਨਹੀਂ ਕਰਦੇ ਵੀ ਹਥਿਆਰਬੰਦ ਸੰਘਰਸ਼ ਲੜਿਆ ਜਾਵੇ। ਅੱਜ ਲੜਾਈ ਆ ਵਿਚਾਰਾਂ ਦੀ, ਅੱਜ ਲੜਾਈ ਆ ਆਈਡੀਓਲੋਜੀ ਦੀ, ਕਿਉਂਕਿ ਸਾਨੂੰ ਵੀ ਆਈਡੀਓਲੋਜੀ ਨਾਲ ਹੀ ਕੱਟ ਰਹੇ ਆ, ਉਹ ਆਈਡੀਓਲੋਜੀ ਨਾਲ ਖਤਮ ਕਰ ਰਹੇ ਆ। ਹਿੰਦੂਤਵਾਦੀ ਆਈਡੀਓਲੋਜੀ ਆ ਅਤੇ ਆਈਡੀਓਲੋਜੀ ਨਾਲ ਆਈਡੀਓਲੋਜੀ ਲੜਦੀ ਹੁੰਦੀ ਆ। ਅੱਜ ਅਸੀਂ ਦਰਬਾਰ ਸਾਹਿਬ ਨੂੰ ਇਹ ਕਹਿੰਦੇ ਹਾਂ ਨਾ ਭੁੱਲ ਜਾਓ, ਅੱਗੇ ਵਧੋ। ਕਿਵੇਂ ਭੁੱਲ ਜਾਈਏ, ਕਿਵੇਂ ਨਵੰਬਰ 84 ਨੂੰ ਭੁੱਲ ਜਾਈਏ, ਕਿਵੇਂ ਖਾੜਕੂ ਸੰਘਰਸ਼ ਜਿਹੜਾ ਇੰਨਾ ਖੂਨ ਡੁੱਲਿਆ, ਸ਼ਹਾਦਤਾਂ ਦਿੱਤੀਆਂ, ਉਹਨੂੰ ਭੁੱਲ ਜਾਈਏ? ਪਰ ਉਹ ਸਾਨੂੰ ਚਿੰਨ੍ਹ ਆ ਸਾਡੇ, ਜਿਹਦੇ ਤੋਂ ਸਾਨੂੰ ਪ੍ਰੇਰਨਾ ਮਿਲਦੀ ਆ, ਜਿਹਦੇ ਤੋਂ ਅਸੀਂ ਸਿੱਖਦੇ ਹਾਂ ਵੀ ਇਸ ਸੰਘਰਸ਼ ਨੂੰ, ਅਗਲੇ ਆਉਣ ਵਾਲੇ ਸੰਘਰਸ਼ ਨੂੰ ਕਿਵੇਂ ਲੜਨਾ, ਕਿੱਥੇ ਜਿਹੜੀ ਖਤਾ ਖਾਧੀ ਆ, ਅਸੀਂ ਗਲਤੀਆਂ ਕੀਤੀਆਂ, ਉਹਨੂੰ ਕਿਵੇਂ ਅਸੀਂ ਅੱਗੇ ਨਾ ਕਰੀਏ, ਉਸ ਗੱਲ 'ਤੇ ਆਈਏ। ਅੱਜ ਸ਼ਾਂਤਮਈ ਸੰਘਰਸ਼ ਲੜਿਆ ਜਾ ਰਿਹਾ, ਪੰਜਾਬ ਦੀ ਹੋਂਦ ਦਾ ਸੰਘਰਸ਼ ਲੜਿਆ ਜਾ ਰਿਹਾ। ਜੇ ਕਿਸਾਨ ਯੂਨੀਅਨ ਇਹ ਕਹਿ ਰਹੀ ਆ ਵੀ ਇਹ ਇਕੱਲਾ ਕਿਸਾਨੀ ਦਾ ਅੰਦੋਲਨ ਆ, ਅਤੇ ਮੈਂ ਇੱਕ ਵਾਰੀ ਫੇਰ ਕਹਿ ਦਾਂ ਇਕੱਲਾ ਕਿਸਾਨੀ ਦਾ ਅੰਦੋਲਨ ਨਹੀਂ ਆ। ਇਕੱਲਾ ਵਾਰ ਕਿਸਾਨੀ 'ਤੇ ਨਹੀਂ ਹੋਇਆ, ਵਾਰ ਪੰਜਾਬ ਦੀ ਹੋਂਦ 'ਤੇ ਹੋਇਆ, ਸਾਡੀ ਮਾਂ ਬੋਲੀ 'ਤੇ ਹੋਇਆ, ਸਾਡੇ ਫਲਸਫੇ 'ਤੇ ਹੋਇਆ, ਸਾਡੇ ਇਤਿਹਾਸ 'ਤੇ ਹੋਇਆ। ਇਹ ਗੱਲ ਮੈਂ ਵਾਰ ਵਾਰ ਦੁਹਰਾ ਰਿਹਾ, ਸਾਡੀ ਵਿਲੱਖਣਤਾ 'ਤੇ ਹੋਇਆ। ਬਾਕੀ ਕਿਉਂ ਨਹੀਂ ਸੂਬੇ ਖੜ੍ਹੇ ਹੋ ਰਹੇ, ਤੁਸੀਂ ਸੋਚੀਏ ਇਹ ਗੱਲ। ਆ 250 ਜਥੇਬੰਦੀਆਂ ਨਾਲ ਕਿਸਾਨਾਂ ਦੀ ਮੀਟਿੰਗ ਸੀ, ਲਿਟਰਲੀ ਉਹਨਾਂ ਨੂੰ ਰਿਕੁਐਸਟ ਕਰਕੇ ਆਏ ਆ ਵੀ ਸਾਡੇ ਨਾਲ ਤੁਰੋ। ਉਹ ਸਰਕਾਰਾਂ ਨਾਲ ਲੜਨ ਨੂੰ ਤਿਆਰ ਹੀ ਨਹੀਂ, ਕਿਉਂਕਿ ਉਹ ਸਿਰਫ ਆਰਥਿਕ ਤੌਰ 'ਤੇ ਇਸ ਬਿੱਲ ਨੂੰ ਸਮਝ ਰਹੇ ਆ। ਸਾਡੇ ਲਈ ਇਹਦਾ ਮਤਲਬ ਇਕੱਲਾ ਆਰਥਿਕ ਨਹੀਂ ਆ, ਵਿਚਾਰਧਾਰਕ ਮਤਲਬ ਵੀ ਆ। ਉਸੇ ਗੱਲ 'ਤੇ ਫਿਰ ਆ ਜਾਂਦੇ ਹਾਂ ਅਸੀਂ, ਜਦੋਂ ਆਪਣੇ ਖਾਲਿਸਤਾਨ ਵਾਲਾ ਨਾਰਾ ਲੱਗਿਆ ਉਦੋਂ ਤੱਕ ਹਰ ਮੋਰਚੇ 'ਚੋਂ ਇਹ ਗੱਲ ਬੋਲੀ ਜਾ ਰਹੀ ਸੀ, ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਅੱਜ ਪਤਾ ਕੀ ਗੱਲ ਕਰ ਰਹੀ ਹੈ ਇਹ, ਅੱਜ ਵਾਪਸ ਉਸੇ ਗੱਲ 'ਤੇ ਆ ਗਏ ਵੀ ਕਿਸਾਨੀ ਦਾ ਅੰਦੋਲਨ ਆ। ਦੇਖਿਓ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਸ਼ੰਭੂ ਵਾਲੇ ਤਾਰ ਪੀਡੋ ਕਰ ਰਹੇ ਆ। ਮੈਂ ਅੱਜ ਇਸ ਗੱਲ 'ਤੇ ਆ ਗਿਆ ਕਿ ਕਹਿੰਦੇ ਆ ਦੀਪ ਸਿੱਧੂ ਦਾ ਨੈਰੇਟਿਵ ਕੀ ਆ। ਦੀਪ ਸਿੱਧੂ ਦਾ ਨੈਰੇਟਿਵ ਇਹ ਆ ਵੀ ਅਸੀਂ ਗੁਲਾਮੀ ਗਲੋਂ ਲਾਉਣੀ ਆ, ਹੁਣ ਕਿਸੇ ਹਿਸਾਬ 'ਚ ਵੀ ਲੜਨਾ ਪੈ ਜੇ ਸਾਨੂੰ, ਅਸੀਂ ਆਪਦੀ ਧਿਰ ਵੀ ਖੜ੍ਹੀ ਕਰਾਂਗੇ, ਅਸੀਂ ਰਾਜਸੀ ਸੰਘਰਸ਼ ਵੀ ਲੜਾਂਗੇ, ਪੰਜਾਬ ਕੋਲ ਨਿਰੋਲ ਪੰਜਾਬ ਦੀ ਸਿਆਸਤ ਵੀ ਹੋਊਗੀ, ਪੰਜਾਬ ਸਮਾਜਿਕ ਤੌਰ 'ਤੇ ਵੀ ਲੜਾਈ ਲੜੂਗਾ, ਵਿਚਾਰਧਾਰਕ ਤੌਰ 'ਤੇ ਵੀ ਲੜਾਈ ਲੜੂਗਾ। ਜਿੱਥੇ ਵੀ ਲੜਨਾ ਖਤਮ ਹੋਈ ਫਿਰ ਹੋਰ ਸਾਰੇ ਸੰਘਰਸ਼ਾਂ ਵਾਸਤੇ ਵੀ ਅਸੀਂ ਤਿਆਰ ਹਾਂ ਜੇ ਸਾਨੂੰ ਧੱਕ ਦਿੱਤਾ ਗਿਆ ਤਾਂ। ਪਰ ਹਜੇ ਜਿੱਥੇ ਅਸੀਂ ਖੜ੍ਹੇ ਹਾਂ, ਹਜੇ ਸਾਡਾ ਸੰਘਰਸ਼ ਜਾਂ ਸਾਡੇ ਸੰਘਰਸ਼ ਦੀ ਸੇਧ ਆ ਜਿਹੜੀ ਉਹ ਸ਼ਾਂਤਮਈ ਆ, ਔਰ ਉਹ ਓਨੀ ਹੀ ਸ਼ਾਂਤਮਈ ਆ ਜਿੰਨੀ ਸ਼ਾਂਤਮਈ ਸੰਘਰਸ਼ ਜਾਂ ਜਿੰਨੀ ਸ਼ਾਂਤਮਈ ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ ਸੀ
ਪੰਜਵੇਂ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ। ਸਾਡੀ ਸੇਧ ਅੱਜ ਜਿਹੜੀ ਸੰਘਰਸ਼ ਦੀ ਆ ਉਹ ਉਸ ਸ਼ਹੀਦੀ ਤੋਂ ਆ, ਉਨੀ ਸ਼ਾਂਤਮਈ ਉਨਾ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ ਅਸੀਂ। ਹੁਣ ਆ ਜਾਂਦੇ ਆਪਾਂ ਖਾਲਿਸਤਾਨ ਦੇ ਨਾਅਰੇ 'ਤੇ। ਖਾਲਿਸਤਾਨ ਦਾ ਮੈਂ ਇੱਕ ਵਾਰੀ ਫੇਰ ਕਹਿੰਦਾ, ਲੈ ਨਾਰਾ ਲਾ ਦਿੰਦੇ ਹਾਂ ਖਾਲਿਸਤਾਨ ਜ਼ਿੰਦਾਬਾਦ, ਇਹ ਕੋਈ ਗਨਾਹ ਥੋੜ੍ਹੀ ਹੋ ਗਿਆ, ਮੈਂ ਕਹਿੰਦਾ ਲਾਈਏ। ਪਰ ਜਿਹੜੀ ਥਾਂ 'ਤੇ ਆਪਾਂ ਖੜ੍ਹੇ ਹਾਂ ਨਾ ਅੱਜ, ਜਿੱਥੇ ਆਪਾਂ ਅੱਜ ਸੰਘਰਸ਼ ਲੜ ਰਹੇ ਹਾਂ, ਜੇ ਇਹਨੂੰ ਕਿਸੇ ਹੋਰ ਪਾਸੇ ਵੱਲ ਲੈ ਕੇ ਜਾਣਾ, ਧੱਕਣਾ ਇੱਕ ਕੋਰਨਰ 'ਚ ਅਸੀਂ ਆਪਦੇ ਆਪ ਨੂੰ ਲੈ ਕੇ ਜਾਣਾ, ਤਾਂ ਇਹ ਨਾਰੇ ਲਾਉਣ ਲੱਗ ਜਾਂਦੇ ਹਾਂ। ਪਰ ਜੇ ਅਸੀਂ ਆਪਦੇ ਨਾਲ ਹੋਰ ਵਰਗਾਂ ਨੂੰ ਵੀ ਤੋਰਨਾ, ਉਹਨਾਂ ਸਾਰੇ ਬੰਦਿਆਂ ਨੂੰ ਤੋਰਨਾ ਜਿਨ੍ਹਾਂ ਦੀ ਮਾਨਸਿਕਤਾ 'ਚ ਡਰ ਬਿਠਾ ਦਿੱਤਾ ਗਿਆ, ਜਿਨ੍ਹਾਂ ਦੀ ਮਾਨਸਿਕਤਾ ਉਹ ਆਪਦੇ ਕਿਰਦਾਰਾਂ ਤੋਂ ਪਾਸੇ ਹੋਏ ਫਿਰਦੇ ਆ। ਕਿਰਦਾਰ ਕੀ ਸੀ? ਨਿਰਭਉ ਅਤੇ ਨਿਰਵੈਰ। ਮੈਨੂੰ ਇੱਕ ਬੰਦਾ ਦਿਖਾ ਦਿਓ ਪੰਜਾਬ 'ਚ ਜਿਹੜਾ ਨਿਰਭਉ ਹੋਵੇ ਅਤੇ ਨਿਰਵੈਰ ਹੋਵੇ। ਜੇ ਨਿਰਵੈਰ ਹੁੰਦੇ ਤਾਂ ਜਦ ਜਿਹੜੀ ਗੱਲ ਇੱਥੇ ਹੋਈ ਸੀ, ਆਪਾਂ ਮੈਂ ਤਾਂ ਕਿਸੇ ਨੂੰ ਨਹੀਂ ਰੋਕਿਆ ਖਾਲਿਸਤਾਨ ਦਾ ਨਾਰਾ ਲਾਉਣ ਤੋਂ, ਪਰ ਕਿਸੇ ਹੋਰ ਬੰਦੇ ਨੇ ਰਿਐਕਸ਼ਨ ਕਰਤਾ। ਅਤੇ ਜੇ ਨਿਰਵੈਰ ਹੁੰਦੇ ਫਿਰ ਵੈਰ ਨਹੀਂ ਕੱਢਣਾ ਸੀ, ਫਿਰ ਉਹਨਾਂ ਨੇ ਸੰਵਾਦ ਕਰਨਾ ਸੀ, ਉਹਨਾਂ ਨੇ ਗੱਲਾਂ ਪੁੱਛਣੀਆਂ ਸੀ, ਫਿਰ ਮਨਮੱਤ ਨਹੀਂ ਹੋਣੀ ਸੀ, ਗੁਰਮਤ ਹੋਣੀ ਸੀ। ਗੁਰਮਤ 'ਚ ਤਾਂ ਸੰਵਾਦ ਹੁੰਦਾ ਹੁੰਦਾ, ਗੁਰਮਤ 'ਚ ਤੋਮਤਾਂ ਨਹੀਂ ਲੱਗਦੀਆਂ ਹੁੰਦੀਆਂ, ਤੋਮਤਾਂ ਤਾਂ ਮਨਮੱਤ ਲਾਉਂਦੀ ਆ। ਫਿਰ ਮੇਰੇ ਤੋਂ ਸਵਾਲ ਕਰਦੇ, ਬਾਈ ਆਹ ਕੀ ਗੱਲ, ਤੁਸੀਂ ਤਾਂ ਸਰਕਾਰਾਂ 'ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ? ਜਿਵੇਂ ਸਰਕਾਰਾਂ ਬਿਹੇਵ ਕਰਦੀਆਂ ਉਵੇਂ ਤੁਸੀਂ ਬਿਹੇਵ ਕਰੀ ਜਾਂਦੇ ਹੋ, ਫਿਰ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ ਤੁਹਾਡੇ 'ਤੇ ਸਰਕਾਰਾਂ 'ਚ। ਔਰ ਗੱਲ ਕੀ ਆ, ਹੁਣ ਸਾਨੂੰ ਆ ਖੜ੍ਹੇ ਆ ਸਾਹਮਣੇ ਆਪਣੇ ਇੰਸਪੈਕਟਰ ਸਾਹਿਬ, ਸੀ ਆਈ ਡੀ ਵਾਸਤੇ ਖੜ੍ਹੇ ਆ ਜਾਂ ਵੈਸੇ ਅਮਨ ਅਮਾਨ ਬਣਾਉਣ ਵਾਸਤੇ ਖੜ੍ਹੇ ਆ? ਸਾਡੇ ਤੋਂ ਕੀ ਸੀ ਆਈ ਡੀ ਲੈ ਲੈਣਗੇ? ਜੋ ਅੰਦਰ ਆ ਉਹੀ ਬਾਹਰ ਆ। ਹੁਣ ਇੱਕ ਯੂਨੀਅਨ ਆਫ ਇੰਡੀਆ, ਇਹ ਦੇਸ਼ ਆ ਜਿਹੜਾ, ਇਹ ਯੂਨੀਅਨ ਆਫ ਇੰਡੀਆ, ਇੱਥੇ ਬਹੁ ਕੌਮੀਅਤ ਵੱਸਦੀ ਆ, ਵੱਖ ਵੱਖ ਤਰ੍ਹਾਂ ਦੀ ਕੌਮੀਅਤ ਨੇ ਮਿਲ ਕੇ ਜਿਹਦੇ 'ਚ ਇੱਕ ਦੇਸ਼ ਸਿਰਜਿਆ ਹੋਇਆ, ਉਹ ਯੂਨੀਅਨ 'ਚ। ਜਦੋਂ ਉਸ ਯੂਨੀਅਨ 'ਚ ਤੁਸੀਂ ਕਿਸੇ ਨੂੰ ਇੰਨਾ ਤੰਗ ਕਰ ਦੋਗੇ, ਉਹਨਾਂ ਨੂੰ ਉਹਨਾਂ 'ਤੇ ਜ਼ਬਰ ਜ਼ੁਲਮ ਕਰੋਗੇ, ਉਹਨਾਂ ਦੇ ਹੱਕ ਨਹੀਂ ਦਿਓਗੇ, ਉਹਨਾਂ ਨੂੰ ਪਹਿਲੇ ਦਰਜੇ ਦਾ ਸਿਟੀਜ਼ਨ ਹੋਣ ਦਾ ਅਹਿਸਾਸ ਨਹੀਂ ਰਹੂਗਾ। ਦੇਖੋ ਕਿਸੇ ਦੇਸ਼ ਨਾਲ ਬੰਦਾ ਕਦੋਂ ਜੁੜਿਆ ਹੁੰਦਾ? ਇੱਕ ਸੈਂਸ ਆਫ ਬਿਲੋਂਗਿੰਗ ਹੁੰਦੀ ਆ ਅੰਦਰ, ਦੇਸ਼ ਮੇਰਾ ਮਾਣ ਅਤੇ ਸਮਾਨ ਦੀ ਰੱਖਿਆ ਕਰੂਗਾ, ਮੇਰੀ ਆਪਦੀ ਸਿਕਿਉਰਿਟੀ ਕਰੂਗਾ, ਅਤੇ ਮੇਰਾ ਦੇਸ਼ ਪ੍ਰਤੀ ਵਫ਼ਾਦਾਰ ਰਹਿਣਾ, ਇਹ ਆਪਸ 'ਚ ਇੱਕ ਸੰਧੀ ਆ ਦੇਸ਼ ਅਤੇ ਬੰਦੇ ਦੀ। ਜਦੋਂ ਇਹ ਸੰਧੀ 'ਤੇ ਸੱਟ ਵੱਜਦੀ ਆ ਅਤੇ ਦੇਸ਼ ਦੀਆਂ ਸਰਕਾਰਾਂ ਮਾਰਦੀਆਂ, ਅਤੇ ਫਿਰ ਬੰਦੇ ਦੀ ਵਫ਼ਾਦਾਰੀ ਵੀ ਖਤਮ ਹੋ ਜਾਂਦੀ ਆ। ਬੰਦਾ ਕਹਿੰਦਾ ਮੈਂ ਤੁਹਾਡੇ ਲਈ ਵਫ਼ਾਦਾਰੀ ਕਿਉਂ ਰਿਹਾ? ਤੁਸੀਂ ਤਾਂ ਮੇਰੀ ਜਿਹੜੀ ਉਹ ਸਿਕਿਉਰਿਟੀ 'ਤੇ ਮਾਣ ਸਨਮਾਨ 'ਤੇ ਸੱਟ ਮਾਰੀ ਆ, ਮੈਨੂੰ ਤੁਸੀਂ ਆਪਦੇ ਨਾਗਰਿਕ ਹੋਣ ਦਾ ਅਹਿਸਾਸ ਹੀ ਨਹੀਂ ਕਰਾ ਰਹੇ ਹੋ, ਮੇਰੇ ਤੋਂ ਮੇਰੇ ਹੱਕ ਖੋ ਰਹੇ ਹੋ। ਸੋ ਉਦੋਂ ਵੱਖਵਾਦ ਦੀ, ਖਾਲਿਸਤਾਨ ਦੀ, ਤਾਮਿਲਨਾਡੂ 'ਚ ਤੇਲੰਗਾਨਾ ਕਹੀ ਜਾਂਦੇ ਆ, ਉਹ ਬੰਗਾਲ ਵਾਲੇ ਕੁਛ ਆਪਦਾ ਮੰਗਾਂ ਕਰੀ ਜਾਂਦੇ ਆ, ਮਹਾਰਾਸ਼ਟਰ ਵਾਲੇ ਆਪਦੀ ਕਰੀ ਜਾਂਦੇ ਆ, ਕਸ਼ਮੀਰ ਵਾਲੇ ਆਪਦੀ ਕਰੀ ਜਾਂਦੇ ਆ, ਨਾਗਾਲੈਂਡ ਵਾਲੇ ਆਪਦੀਆਂ ਕਰੀ ਜਾਂਦੇ ਆ, ਉਦੋਂ ਇਹ ਗੱਲਾਂ ਉੱਠਦੀਆਂ। ਸੋ ਉਲਟਾ ਡੈਮੋਕਰੇਸੀ ਦੀ ਮੀਨਿੰਗ ਆ ਜਿਹੜਾ, ਉਹ ਤਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ। ਅਸੀਂ ਤਾਂ ਬੜੇ ਡੈਮੋਕਰੇਟਿਕ ਵੇ 'ਚ ਆਪਦੀ ਗੱਲ ਰੱਖ ਰਹੇ ਹਾਂ ਅਤੇ ਆਪਦਾ ਇੱਕ ਵਿਊ ਪੁਆਇੰਟ ਹੀ ਰੱਖ ਰਹੇ ਹਾਂ ਨਾ। ਔਰ ਵਿਊ ਪੁਆਇੰਟ ਰੱਖਣਾ, ਜੇ ਵਿਊ ਪੁਆਇੰਟ ਰੱਖਣ 'ਤੇ ਹੀ ਅਸੀਂ ਡਰਨ ਲੱਗ ਜਾਈਏ, ਆਪਦੀ ਗੱਲ ਹੀ ਨਾ ਕਰ ਸਕੀਏ, ਫਿਰ ਤਾਂ ਮੈਨੂੰ ਲੱਗਦਾ ਕਿਹੜੀ ਡੈਮੋਕਰੇਸੀ ਦੀ ਗੱਲ ਕਰਦੇ ਹਾਂ, ਕਿਹੜੇ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ। ਔਰ ਫੰਡਾਮੈਂਟਲ ਰਾਈਟ ਕੋਨਸਟੀਟਿਊਸ਼ਨ 'ਚ ਇਹ ਕਹਿੰਦਾ ਆਈ ਹੈਵ ਅ ਰਾਈਟ ਟੂ ਸਪੀਕ, ਸੰਵਿਧਾਨ ਦਿੰਦਾ ਸਰ ਰਾਈਟ ਟੂ ਸਪੀਕ, ਤੁਸੀਂ ਤਾਂ ਪੜ੍ਹਿਆ ਹੋਊਗਾ ਸਰ। ਸੋ ਜੇ ਸੰਵਿਧਾਨ 'ਚ ਸਾਡੇ ਕੋਲ ਰਾਈਟ ਆ ਬੋਲਣ ਦਾ, ਅਤੇ ਸਾਡੇ ਬੋਲਣ ਤੋਂ ਗੁਨਾਹ ਹੋਣਾ ਅਤੇ ਉਹਦੇ ਬਣਾ 'ਤੇ ਕਿਸੇ ਨੂੰ ਜੇਲ੍ਹ 'ਚ ਧੱਕ ਦਿੱਤਾ ਜਾਣਾ, ਫਿਰ ਇੱਦੂ ਵੱਡਾ ਇਹ ਤੁਸੀਂ ਬੰਦ ਕਰਤਾ? ਅੱਛਾ ਹਾਂਜੀ, ਉਦੋਂ ਵੱਡਾ ਅਸੀਂ ਕਹਿ ਲਈਏ ਵੀ ਜਿਹੜਾ ਸੈਂਸ ਆਫ ਬਿਲੋਂਗਿੰਗ ਨੂੰ ਲੈ ਕੇ ਜਾਣਾ, ਇਸ ਦੇਸ਼ ਨਾਲ ਸਾਡੀ ਸੈਂਸ ਆਫ ਬਿਲੋਂਗਿੰਗ ਨੂੰ ਲੈ ਕੇ ਜਾਣਾ, ਸਾਡੇ ਜਿਹੜੇ ਅਸੀਂ ਮੂਲ ਅਧਿਕਾਰ ਆ ਉਹਨਾਂ ਨੂੰ ਹੀ ਇੰਨੇ ਐਡੇ ਵੱਡੇ ਤੌਰ 'ਤੇ ਤੁਸੀਂ ਸਾਡੇ ਤੋਂ ਲੈ ਜਾਣਾ, ਫਿਰ ਸਾਡੇ ਕੋਲ ਤੁਹਾਡੀ ਵਫ਼ਾਦਾਰੀ ਕਾਹਦੀ ਰਹਿ ਗਈ? ਜਿੱਦਾਂ ਅੱਜ ਦੇਖੋ, ਅੱਜ ਅਸੀਂ ਜਿਹੜੇ ਦਿਨ 'ਤੇ ਬੈਠੇ ਹਾਂ ਇਹ ਉਹ ਦਿਨ ਆ ਜਿੱਦਾਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਸਤਵੰਤ ਅਤੇ ਬੇਅੰਤ ਨੇ,
ਹੁਣ ਪੂਰੀ ਗੱਲ ਨੂੰ ਸਮਝਦੇ ਹਾਂ। ਵਰਤਾਰਾ ਕੀ ਸੀ? ਇੱਕ ਉਸ ਵੇਲੇ ਦੀ ਸਰਕਾਰ ਨੇ ਜਿਹਨੇ ਸਾਡੀ ਜਾਨ ਮਾਲ ਦੀ ਰੱਖਿਆ ਕਰਨੀ ਸੀ, ਸਾਡੀ ਕੌਮੀਅਤ ਦੀ ਰੱਖਿਆ ਕਰਨੀ ਸੀ, ਸਾਡੇ ਲਈ ਇੱਕ ਸਾਰਥਿਕ ਸਮਾਜ ਸਿਰਜਣਾ ਸੀ ਜਿਹਦੇ 'ਚ ਸਾਨੂੰ ਵਿਤਕਰਾ ਨਾ ਮਹਿਸੂਸ ਹੋਵੇ, ਅਸੀਂ ਫਸਟ ਗ੍ਰੇਡ ਸਿਟੀਜ਼ਨ, ਪਹਿਲੇ ਦਰਜੇ ਦੇ ਸ਼ਹਿਰੀ ਆਪਦੇ ਆਪ ਨੂੰ ਮਹਿਸੂਸ ਕਰ ਸਕੀਏ। ਇਹ ਸਭ ਕੁਛ ਤਾਂ ਕੀ ਕਰਨਾ ਸੀ? ਸਾਡੇ ਉਸ ਪਵਿੱਤਰ ਜਗ੍ਹਾ 'ਤੇ ਜਿੱਥੋਂ ਸਾਨੂੰ ਜਿਹੜਾ ਸਾਡੀ ਆਤਮਕ ਸੋਮਾ ਜਿੱਥੋਂ ਮਿਲਦਾ ਉਹਦਾ ਪ੍ਰਤੀਕ ਆ, ਉੱਥੇ ਹਮਲਾ ਕਰਤਾ। ਇਕੱਲਾ ਹਮਲਾ ਹੀ ਨਹੀਂ ਕੀਤਾ, ਜਿਹੜੀ ਸੰਗਤ ਵੀ ਆਈ ਹੋਈ ਸੀ ਉੱਥੇ ਉਹਨਾਂ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ, ਉਹਨਾਂ ਨੂੰ ਵੀ ਵਿੱਚ ਮਾਰੇ। ਉਹ ਫੌਜ ਚੜ੍ਹ ਕੇ ਆ ਗਈ, ਅਥਰੂ ਗੈਸ ਦੇ ਗੋਲੇ, ਟੈਂਕ, ਮਸ਼ੀਨ ਗੰਨਾਂ, ਈਵਨ ਹੈਲੀਕਾਪਟਰ ਖੜਾ ਕੇ ਉੱਥੋਂ ਫਾਇਰਿੰਗ ਹੋ ਰਹੀ ਆ। ਸੋ ਤੁਸੀਂ ਆਪਾਂ ਸੋਚ ਸਕਦੇ ਹਾਂ ਵੀ ਉੱਥੇ ਐਡੀ ਵੱਡੀ ਸਾਜ਼ਿਸ਼ ਅਧੀਨ ਤੁਸੀਂ ਆ ਕੇ ਹਮਲਾ ਕਰਦੇ ਹੋ, ਉਹਦੇ ਪਿੱਛੇ ਵਿਚਾਰਧਾਰਾ ਕੀ ਪਈ ਆ? ਵਿਚਾਰਧਾਰਾ ਇਹ ਪਈ ਆ ਵੀ ਇਹਨਾਂ ਨੂੰ ਜੜੋਂ ਪੱਟੋ। ਜਦੋਂ ਜੜੋਂ ਪੱਟੋ ਦੀ ਗੱਲ ਆ, ਅੱਛਾ ਇਹ ਗੱਲ ਅਬਦਾਲੀ ਨੇ ਸਮਝ ਲਈ ਸੀ ਵੀ ਇਸ ਕੌਮ ਨੂੰ ਚਿੰਨ੍ਹ ਨਾ ਦਿਓ। ਜਦੋਂ ਇਹਨਾਂ ਨੂੰ ਚਿੰਨ੍ਹ ਜਾਂ ਸਿੰਬਲ ਦੇ ਤੇ, ਇਹਨਾਂ 'ਚ ਸੋਵਰਨਿਟੀ ਆ ਜਿਹੜੀ ਉਹ ਐਡੀ ਸਟਰੋਂਗ ਆ, ਇਹਨਾਂ ਨੇ ਫਿਰ ਉੱਠ ਖੜਨਾ। ਅੱਛਾ, ਔਰ ਇਹ ਗੱਲ ਅੰਗਰੇਜ਼ਾਂ ਨੇ ਵੀ ਸਮਝ ਲਈ ਸੀ। ਅੰਗਰੇਜ਼ ਹਿੰਦੁਸਤਾਨ 'ਚ ਹਰ ਧਰਮ ਨੂੰ ਉਹਨਾਂ ਦੇ ਅਨੁਸਾਰ ਚਲਾਉਣ ਦੀ ਖੁੱਲ੍ਹ ਸੀ, ਇਕੱਲੇ ਸਿੱਖ ਧਰਮ ਨੂੰ ਨਹੀਂ ਸੀ। ਸਾਡੇ 'ਤੇ ਪੂਰੀ ਨਿਗਾਹ ਹੁੰਦੀ ਸੀ, ਮਹਾਨਤਾ ਦੇ ਥਰੂ ਸਾਡੇ ਸਿੱਖ ਧਰਮ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਸੀ। ਤਾਂ ਹੀ ਤਾਂ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲੀ, ਮੋਰਚੇ ਲੱਗੇ, ਹੈ ਨਾ। ਸੋ ਨਨਕਾਣਾ ਸਾਹਿਬ ਜਿਹੜਾ ਸਾਕਾ ਹੋਇਆ, ਹਾਂ ਬਾਬਾ ਦਿੱਤ ਸਿੰਘ ਜੀ। ਸੋ ਇਹ ਗੱਲ ਇਹਨਾਂ ਦੇ ਸਮਝ 'ਚ ਨਹੀਂ ਆਈ। ਇਹ ਅੱਜ ਸਾਨੂੰ ਕਿਉਂ ਕਹਿੰਦੇ ਆ ਭੁੱਲ ਜਾਓ 84 ਨੂੰ? ਕਿਉਂਕਿ ਇਹਨਾਂ ਨੂੰ ਪਤਾ, ਇਹਨਾਂ ਨੇ ਚਿੰਨ੍ਹ ਦੇਤਾ ਇੱਕ ਬਹੁਤ ਵੱਡਾ, ਨਵੰਬਰ 84 ਬਹੁਤ ਵੱਡਾ ਚਿੰਨ੍ਹ ਦੇਤਾ। ਵਾਰ ਵਾਰ ਜਦੋਂ ਸਾਡੇ 'ਤੇ ਜ਼ੁਲਮ ਜ਼ਬਰ ਹੋਊਗਾ, ਸਾਡੇ ਅੰਦਰ ਉੱਠਦੀ ਰਹੂਗੀ ਗੱਲ, ਪਰ ਉੱਥੋਂ ਸਿੱਖਣ ਦੀ ਜ਼ਰੂਰਤ ਆ। ਅਸੀਂ ਸਿੱਖਿਆ ਕੀ ਆ? ਅਸੀਂ ਖਤਾ ਕਿੱਥੇ ਖਾਧੀ? ਅਸੀਂ ਸਿੱਖਿਆ ਹੀ ਨਹੀਂ ਕਦੇ, ਉਹਨਾਂ ਵਰਤਾਰਿਆਂ ਤੋਂ ਸਿੱਖ ਕੇ ਤਾਂ ਚੱਲੇ ਹੀ ਨਹੀਂ। ਕਿਉਂ ਨਹੀਂ? ਜੇ ਸਿੱਖਿਆ ਹੁੰਦਾ ਫਿਰ ਸਾਨੂੰ, ਤੁਹਾਨੂੰ ਲੱਗਦਾ ਵੀ ਇੰਨੀਆਂ ਜਥੇਬੰਦੀਆਂ ਹੋਣੀਆਂ ਸੀ, ਇੰਨੇ ਵਿਚਾਰ ਹੋਣੇ ਸੀ? ਕੋਈ ਗੁਰਮਤ ਵਾਲੀ ਤਾਂ ਗੱਲ ਹੀ ਨਹੀਂ ਕਰਦਾ। ਪਹਿਲਾਂ ਬੰਦੇ ਇਕੱਠੇ ਹੋ ਜਾਂਦੇ ਆ, ਇੱਕ ਜਥੇਬੰਦੀ ਬਣਾ ਲੈਂਦੇ ਆ, ਵਿਚਾਰਾਂ 'ਤੇ ਬਾਅਦ 'ਚ ਬੈਠਦੇ ਆ। ਵਿਚਾਰਾਂ 'ਤੇ ਪਹਿਲਾਂ ਬਹਿਣਾ ਚਾਹੀਦਾ, ਫਿਰ ਜਥੇਬੰਦੀ ਬਣਨੀ ਚਾਹੀਦੀ ਆ। ਅਸੀਂ ਤਾਂ ਉਲਟਾ ਚੱਲਣ ਲੱਗ ਗਏ, ਕਦੇ ਉਹ ਚਿੰਨ੍ਹਾਂ ਤੋਂ ਤਾਂ ਕੁਛ ਸਿੱਖਿਆ ਹੀ ਨਹੀਂ ਅਸੀਂ। ਵਾਪਸ ਗੱਲ, ਅਸੀਂ ਆ ਰਹੇ ਹਾਂ ਉਸ ਗੱਲ 'ਤੇ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ। ਖਾਲਿਸਤਾਨ ਦਾ ਨਾਰਾ ਲੱਗਿਆ, ਜਿਵੇਂ ਰਿਐਕਟ ਹੋਇਆ, ਜਿਵੇਂ ਤੌਮਤਾਂ ਲੱਗੀਆਂ, ਲਾਹਨਤਾਂ ਪਾਈਆਂ ਗਈਆਂ ਵੀ ਤੁਹਾਡੇ ਅਤੇ ਸਰਕਾਰ 'ਚ ਫਰਕ ਕੀ ਰਹਿ ਗਿਆ? ਮੈਂ ਤਾਂ ਆਪ ਮੰਨਦਾ, ਮੈਂ ਤਾਂ ਆਪ ਇਸ ਗੱਲ 'ਤੇ ਹੈਰਾਨ ਹਾਂ ਵੀ ਇਸ ਮੰਚ 'ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਫਿਰ ਉਹ ਤਾਂ ਦਿਖਾਵਾ ਲੱਗਣ ਲੱਗ ਜੂਗੀ। ਸਰਕਾਰ ਵੀ ਐਂ ਕਰਦੀ ਆ ਅਤੇ ਆਪਾਂ ਵੀ ਉਵੇਂ ਹੀ ਕਰ ਰਹੇ ਹਾਂ, ਫਿਰ ਫਰਕ ਕੀ ਰਹਿ ਗਿਆ? ਪਰ ਇਸ ਗੱਲ 'ਤੇ ਤਾਂ ਵਿਚਾਰ ਹੋਣੀ ਚਾਹੀਦੀ ਸੀ ਨਾ, ਇਹ ਗੱਲ ਨੂੰ, ਇਹ ਵਰਤਾਰੇ ਨੂੰ ਸਮਝਣਾ ਚਾਹੀਦਾ ਸੀ ਨਾ, ਹੋਇਆ ਕਿਉਂ? ਅਸੀਂ ਤਾਂ ਫਿਰ ਨਿਖੜ ਕੇ ਬਹਿ ਗਏ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਗਏ। ਸੋ ਮੈਨੂੰ ਐਂ ਲੱਗਦਾ ਸਾਨੂੰ, ਸਾਡੇ ਅੰਦਰ ਨਾ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦੀ ਜਾਂ ਉਹ ਮਾਨਸਿਕਤਾ, ਅੱਜ ਮੈਂ ਕੁਛ ਕਹਿਣ ਲੱਗ ਜਾਂਦਾ, ਮੈਂ ਐਂ ਕਹਿੰਦਾ ਵੀ ਆਹ ਸਾਰੇ ਬੰਦੇ ਮੇਰੀਆਂ ਗੱਲਾਂ ਮੰਨਣ, ਜਿਹੜਾ ਨਹੀਂ ਮੰਨਦਾ ਉਹ ਵਿਰੋਧੀ ਹੋ ਗਿਆ ਮੇਰਾ, ਇਸ ਲੈਵਲ ਤੱਕ ਪਹੁੰਚ ਜਾਂਦੇ ਹਾਂ। ਅੱਛਾ, ਜਿਹੜਾ ਨਹੀਂ ਮੰਨਦਾ ਉਹਨੇ ਜੇ ਆਪਦੀ ਗੱਲ ਕਹੀ ਅਤੇ ਜੇ ਇਹ ਮਾਨਸਿਕਤਾ ਹੋਊ, ਉਹਨੂੰ ਵਿਰੋਧੀ ਮੰਨ ਕੇ ਮੇਰੇ 'ਚ ਤਲਖੀ ਆਉਣੀ ਸੁਭਾਵਿਕ ਆ, ਮੇਰੇ 'ਚ ਕਠੋਰਤਾ ਆਉਣੀ, ਮੇਰੀ ਭਾਸ਼ਾ 'ਤੇ ਕੰਟਰੋਲ ਨਹੀਂ ਰਹਿਣਾ, ਇਹ ਵੀ ਗੱਲ ਸੁਭਾਵਿਕ ਆ। ਸੋ ਇਹ ਜਿਹੜੀ ਮਾਨਸਿਕਤਾ ਮੈਂ ਪਿਛਲੇ 4-5 ਦਿਨਾਂ 'ਚ ਸਮਝੀ ਹੈ ਨਾ, ਸਾਨੂੰ ਆਪਦੇ ਕਿਰਦਾਰਾਂ 'ਤੇ ਵੀ ਕੰਮ ਕਰਨਾ ਪਊਗਾ। ਸਾਡੇ ਸਮਾਜਿਕ ਬਣਤਰ 'ਤੇ, ਹਾਂਜੀ, ਸਾਨੂੰ ਸਾਡੇ ਕਿਰਦਾਰਾਂ 'ਤੇ, ਸਮਾਜਿਕ ਬਣਤਰ 'ਤੇ, ਸਾਡੀ ਸਿਆਸਤ 'ਤੇ, ਅਸੀਂ ਤਾਂ ਬਹੁਤ ਜ਼ਿਆਦਾ ਉਹਨਾਂ ਅਮਲਾਂ ਤੋਂ ਦੂਰ ਚਲੇ ਗਏ ਹਾਂ ਜਿੱਥੇ ਗੁਰੂਆਂ ਨੇ ਸਾਨੂੰ ਲਾਇਆ ਸੀ। ਸਾਨੂੰ ਇਹ ਸਾਰੀਆਂ ਚੀਜ਼ਾਂ 'ਤੇ ਡੈਫੀਨੇਟਲੀ ਕੰਮ ਕਰਨਾ ਪਊਗਾ। ਨਿਰਾਸ਼ ਤਾਂ ਮੇਰੇ 'ਚ ਤਾਂ ਨਹੀਂ ਆਈ, ਜਮਾਂ ਹੀ ਨਹੀਂ ਆਈ।
ਵੀ ਕੋਈ ਨਹੀਂ ਖੜੇ ਹਾਂ ਕਿਉਂਕਿ ਸੱਚ ਦੀ ਸੱਚ ਦੀ ਬਹੁਤ ਵੱਡੀ ਪਾਵਰ ਹੁੰਦੀ ਆ, ਉਹਨੇ ਨਿੱਤਰ ਕੇ ਸਾਹਮਣੇ ਆਉਣਾ ਹੀ ਹੁੰਦਾ, ਜਿਹੜਾ ਮਰਜ਼ੀ ਜਿੰਨਾ ਮਰਜ਼ੀ ਸਾਜਿਸ਼ ਘੜ ਲਏ, ਜਿੰਨੀ ਮਰਜ਼ੀ ਕੋਈ ਜ਼ੋਰ ਲਾ ਲਏ। ਪਰ ਨਾਲ ਦੀ ਨਾਲ ਸਪਸ਼ਟਤਾ ਮੇਰੇ 'ਚ ਇਹ ਗੱਲ ਆ ਗਈ, ਇੱਕ ਤਾਂ ਜਿਹੜੇ ਪੁੱਛਦੇ ਸੀ ਵੀ ਦੀਪ ਸਿੱਧੂ ਦਾ ਨੈਰੇਟਿਵ ਕੀ ਆ, ਮੈਂ ਤੁਹਾਨੂੰ ਜਿਵੇਂ ਕਿਹਾ ਨੈਰੇਟਿਵ ਸਾਡਾ ਸਾਡੀ ਗੁਲਾਮੀ ਗਲੋਂ ਲਾਉਣਾ, ਉਹ ਗੁਲਾਮੀ ਨੂੰ ਹੁਣ ਅਸੀਂ ਖੁਦਮੁਖਤਿਆਰੀ ਤੋਂ ਗਲੋਂ ਲਾ ਦਈਏ ਜਾਂ ਆਜ਼ਾਦੀ ਦੇ ਨਾਲ ਲਾ ਦਈਏ, ਲਾਵਾਂਗੇ ਕਿੱਥੇ ਜਾ ਕੇ ਖੜਾਂਗੇ ਦੇਖਾਂਗੇ, ਇਹਦਾ ਸਮਾਂ ਦੱਸੋ ਕਿੱਥੇ ਖੜਾਂਗੇ ਜਾ ਕੇ, ਹੈ ਨਾ। ਉਹ ਸਪਸ਼ਟਤਾ ਤਾਂ ਮੇਰੇ ਅੰਦਰ ਹੈਗੀ ਆ, ਨਾਲ ਦੀ ਨਾਲ ਸਪਸ਼ਟਤਾ ਇਹ ਵੀ ਆ ਵੀ ਕਿਸਾਨ ਜਥੇਬੰਦੀਆਂ ਦੇ ਇਸ ਘੋਲ 'ਚ, ਕਿਸਾਨ ਜਥੇਬੰਦੀਆਂ ਜਿੱਥੇ ਆ ਕੇ ਖੜ ਗਈਆਂ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਅੱਗੇ ਕਰੀਏ ਕੀ, ਕਿਉਂਕਿ ਲੜਾਈ ਬਣ ਗਈ ਆ ਪੋਲੀਟੀਕਲ, ਔਰ ਪੋਲੀਟੀਕਲ ਲੜਾਈ ਲੜਨੀ ਹੁੰਦੀ ਆ ਕਿਸੇ ਰਾਜਸੀ ਧਿਰ ਨੇ, ਰਾਜਸੀ ਧਿਰ ਉਹਨਾਂ ਕੋਲ ਹੈ ਨਹੀਂ। ਜਿਹੜਾ ਅੱਜ ਤੋਂ ਮਹੀਨਾ ਪਹਿਲਾਂ ਗੱਲ ਕਰਨੀ ਚਾਹੀਦੀ ਸੀ, ਹੁਣ ਜਾ ਕੇ 250 ਜਥੇਬੰਦੀਆਂ ਨਾਲ ਬੈਠੇ ਆ, ਉਹ ਜਥੇਬੰਦੀਆਂ ਵਾਲੇ ਕਹਿ ਰਹੇ ਆ ਅਸੀਂ ਤਾਂ ਜਿਵੇਂ ਤੁਸੀਂ ਲੜ ਰਹੇ ਹੋ ਉਵੇਂ ਲੜ ਹੀ ਨਹੀਂ ਰਹੇ ਸਕਦੇ, ਵੱਡੀ ਵੱਡੀ ਤਾਂ ਗੱਲ ਹੀ ਹੈ ਨਹੀਂ, ਕਿਉਂਕਿ ਉਹਨਾਂ ਨੂੰ ਆਰਥਿਕ ਮਸਲਾ ਲੱਗ ਰਿਹਾ। ਸਾਡੇ ਵਾਲਿਆਂ ਨੂੰ ਪਤਾ ਵੀ ਸਾਡੀ ਹੋਂਦ 'ਤੇ ਆ ਗਈ ਆ ਗੱਲ, ਸਾਡੀ ਧਰਤੀ ਨਾਲੋਂ ਪੱਟ ਦੇਣਗੇ ਸਾਨੂੰ, ਜੇ ਸਾਨੂੰ ਸਾਡੀ ਧਰਤੀ ਨਾਲੋਂ ਪੱਟਤਾ ਫਿਰ ਸਾਡੇ ਪੱਲੇ ਕੁਛ ਨਹੀਂ ਰਹਿਣਾ। ਸੋ ਇਸ ਕਰਕੇ ਜਦੋਂ ਤੱਕ ਪੰਜਾਬ ਕੋਲ ਨਿਰੋਲ ਪੰਜਾਬ ਦੀ ਸਿਆਸਤ ਨਹੀਂ ਹੋਊਗੀ ਨਾ, ਜਿੱਥੇ ਆਪਾਂ 2-3 ਪਹਿਲਾਂ ਖੜ੍ਹੇ ਸੀ ਉਦੋਂ ਤੱਕ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਸਕਦੇ। ਸਾਨੂੰ ਸਾਡੀ ਨਿਰੋਲ ਸਿਆਸਤ ਘੜਨੀ ਪੈਣੀ ਆ, ਅਤੇ ਇੱਕ ਇਹੋ ਜਿਹੀ ਧਿਰ ਘੜਨੀ ਪੈਣੀ ਆ ਜਿਹੜੀ ਸਾਡੀ ਕਿਰਦਾਰਾਂ 'ਤੇ ਕੰਮ ਕਰੇ, ਕਿਉਂਕਿ ਉਹਨਾਂ ਲੋਕਾਂ ਦੇ ਕਿਰਦਾਰਾਂ 'ਤੇ ਕੰਮ ਕਰੇ, ਸਮਾਜ 'ਤੇ ਕੰਮ ਕਰੇ। ਉਹ ਸਮਾਜਿਕ ਧਿਰ ਨੇ ਹੀ ਲੀਡਰ ਪੈਦਾ ਕਰਕੇ ਸਾਨੂੰ ਦੇਣੇ ਆ। ਸੋ ਇਹ ਗੱਲ ਤਾਂ ਮਿਥ ਲਓ ਵੀ ਜਿਹੜੇ ਪੁਰਾਣੇ ਲੀਡਰ ਸੀ, ਜਿਹੜੀਆਂ ਪਾਰਟੀਆਂ ਸੀ, ਜਦੋਂ ਤੱਕ ਅਸੀਂ ਆਪਦੇ ਅੰਦਰ ਇਹ ਗੱਲ ਨਹੀਂ ਹੁਣ ਮਿਥ ਦੇ ਵੀ ਇਹ ਬੰਦਿਆਂ ਨੇ ਸਾਨੂੰ ਕੁਛ ਨਹੀਂ ਦਿੱਤਾ ਅਤੇ ਆਉਣ ਵਾਲੇ ਟਾਈਮ 'ਚ ਵੀ ਕੁਛ ਨਹੀਂ ਦੇਣਾ, ਸਾਡਾ ਭਲਾ ਨਹੀਂ ਹੋ ਸਕਦਾ, ਨਵੀਂ ਸਿਆਸਤ ਖੜੀ ਕਰੋ। ਇਸ ਕਿਸਾਨੀ ਘੋਲ 'ਚੋਂ ਐਡੀ ਗੱਲ ਸਮਝ ਕੇ ਹੀ ਸਾਡੇ ਸਾਹਮਣੇ ਅਜੇ ਬਹੁਤ ਵੱਡੀ ਸਾਡੀ ਮੈਨੂੰ ਲੱਗਦਾ ਪ੍ਰਾਪਤੀ ਆ। ਜੇ ਸ਼ੰਭੂ ਮੋਰਚਾ ਹੀ ਇਹ ਗੱਲ ਆਪਾਂ ਦੇ ਜਾਈਏ ਵੀ ਨਵੀਂ ਸਿਆਸਤ ਪੰਜਾਬ ਨੂੰ, ਪੰਜਾਬ ਦੀ ਦੇ ਦਈਏ, ਅਤੇ ਪੰਜਾਬ ਨੂੰ ਉਹ ਸਮਾਜਿਕ ਧਿਰ ਦੇ ਦਈਏ ਜਿਹੜੇ ਪੰਜਾਬ ਦੇ ਲੋਕਾਂ 'ਤੇ ਕਿਰਦਾਰਾਂ 'ਤੇ ਕੰਮ ਕਰੇ, ਬਹੁਤ ਵੱਡੀ ਪ੍ਰਾਪਤੀ ਆ। ਇੱਥੇ ਬੈਠੇ ਹਾਂ ਆਪਾਂ, ਅੱਜ ਮੈਂ ਗੱਲ ਕਰ ਰਿਹਾ ਵੀ ਮਾੜੀ ਮੋਟੀ ਸੋਧ ਭਲਾ ਸਰਕਾਰ ਦੇ ਦੇ, ਪਰ ਸਰਕਾਰ ਨੇ ਕੁਛ ਨਹੀਂ ਦੇਣਾ। ਇਸ ਕਿਸਾਨੀ ਘੋਲ 'ਚੋਂ ਕੁਛ ਨਹੀਂ ਨਿਕਲਦਾ ਦੇਖ ਰਿਹਾ ਕਿਸਾਨਾਂ ਨੂੰ ਵੀ, ਉਹਨਾਂ ਜਥੇਬੰਦੀਆਂ ਨੂੰ ਵੀ। ਕਿਉਂ? ਕਿਉਂਕਿ ਨਾਲ ਇੱਕ ਪੋਲੀਟੀਕਲ ਲੜਾਈ ਲੜਨ ਵਾਲੀ, ਸਿਆਸੀ ਲੜਾਈ ਲੜਨ ਵਾਲੀ ਧਿਰ ਹੀ ਹੈ ਨਹੀਂ। ਸਭ ਤੋਂ ਵੱਡੀ ਖਤਾ ਇੱਥੇ ਖਾ ਰਹੇ ਹਾਂ ਅਸੀਂ। ਅੱਜ ਜੇ ਕਿਤੇ ਕੈਪਟਨ ਸਾਹਿਬ ਲੈ ਜਾਂਦੇ ਨਾ ਸਟੈਂਡ ਵੀ ਮੇਰੇ ਸਟੇਟ 'ਚ ਵੜ ਕੇ ਦਿਖਾਓ ਹੁਣ ਤੁਸੀਂ ਸੈਂਟਰ ਦਾ ਕੋਈ ਬੰਦਾ, ਜਦੋਂ ਤੱਕ ਸਾਨੂੰ ਹੱਲ ਨਹੀਂ ਦਿੰਦੇ, ਆ ਜਾਓ ਕੋਈ ਨਹੀਂ। ਤੁਹਾਨੂੰ ਲੱਗਦਾ ਕਿਤੇ ਗੱਲ ਨਹੀਂ ਹੋਣੀ ਸੀ ਤੁਹਾਡੀ? ਪੰਜਾਬ ਦਾ ਮਸਲਾ ਸਾਰੇ ਪੰਜਾਬ ਦਾ, ਲੋਕ ਸੜਕਾਂ 'ਤੇ ਆ, ਅਤੇ ਸਰਕਾਰ ਕਿਹਨੇ ਚੁਣੀ ਆ? ਲੋਕਾਂ ਨੇ, ਪੰਜਾਬ ਸਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ। ਕਿਉਂ ਨਹੀਂ ਸਟੈਂਡ ਲਿਆ? ਕਿਉਂ ਨਹੀਂ ਸਟੈਂਡ ਕਿਸੇ ਹੋਰ ਪਾਰਟੀ ਨੇ ਲਿਆ? ਇਹੀ ਸਟੈਂਡ ਲੈਣ ਨਾਲ ਹੀ ਸਾਨੂੰ ਸਿਆਸਤ ਖੜੀ ਕਰਨੀ ਪੈਣੀ ਆ, ਜਿਹੜੀ ਕੱਲ੍ਹ ਨੂੰ ਜਦੋਂ ਕੋਈ ਸੰਘਰਸ਼ ਪੰਜਾਬ ਦੇ ਲੋਕ ਵਿੱਢਣ, ਉਹ ਕਹਿਣ ਨਾਲ ਖੜ੍ਹੇ ਹਾਂ, ਸਟੇਟ 'ਚ ਵੜ ਕੇ ਦਿਖਾਇਓ ਤੁਸੀਂ, ਦੇਖਦੇ ਹਾਂ ਕਿਹੜਾ ਵੜਦਾ, ਕਿਹੜਾ ਲੀਡਰ ਸੈਂਟਰ ਦਾ ਵੜਦਾ ਸਟੇਟ 'ਚ। ਇਹ ਕਹਿੰਦੇ ਆ ਨਾ ਅਸਤੀਫਾ ਜੇਬ 'ਚ ਲਾ ਕੇ ਪਾ ਕੇ ਬੈਠੇ ਹਾਂ, ਉਹ ਤਾਂ ਸਾਨੂੰ ਫਿਰ ਜਿਹੜੇ ਮਾਨਸਿਕਤਾ ਨੂੰ ਉਲਝਾਉਣ ਵਾਲੇ ਬਿਆਨ ਹੁੰਦੇ ਆ। ਜੇ ਜੇਬ 'ਚ ਪਾਏ ਹੁੰਦੇ ਫਿਰ ਇਹ ਕਹਿਣਾ ਸੀ ਵੀ ਜੀ ਪੰਜਾਬ ਸਰਕਾਰ, ਹੁਣ ਤੁਸੀਂ ਲਾ ਕੇ ਦਿਖਾਓ ਰਾਸ਼ਟਰਪਤੀ ਰਾਜ, ਅਸੀਂ ਵੀ ਦੇਖਦੇ ਹਾਂ। ਸਾਡੇ ਕੋਲ ਸਾਡੀ ਪੁਲਿਸ ਹੈ ਨਹੀਂ, ਸਾਡੇ ਕੋਲ ਸਾਡੇ ਹੋਰ ਔਰਗਨਾਈਜੇਸ਼ਨਸ ਹੈ ਨਹੀਂ, ਲੜੂਗਾ ਪੰਜਾਬ, ਪਰ ਇਹੋ ਜਿਹਾ ਲੀਡਰ ਹੀ ਹੈ ਨਹੀਂ ਸਾਡੇ ਕੋਲ ਕੋਈ। ਜਦੋਂ ਤੱਕ ਕਿਸਾਨਾਂ ਦੇ ਨਾਲ ਇਹੋ ਜਿਹਾ ਕੋਈ ਲੀਡਰ ਖੜ੍ਹਾ ਨਹੀਂ ਹੁੰਦਾ, ਉਦੋਂ ਤੱਕ ਜੇ ਅਸੀਂ ਕਹੀਏ ਕਿਸਾਨਾਂ ਦੇ ਮਸਲੇ 'ਚ ਜਾਂ ਕਿਸੇ ਹੋਰ ਮਸਲੇ 'ਚ ਸਾਨੂੰ ਹੱਲ ਮਿਲ ਜੂਗਾ, ਸਾਨੂੰ ਹੱਲ ਨਹੀਂ ਮਿਲਣਾ। ਇਸ ਸੱਚ ਨੂੰ ਸਮਝ ਲਈਏ ਅਸੀਂ, ਇਸੇ ਕਰਕੇ ਤਾਂ ਮੈਂ ਕਹਿ ਰਿਹਾ ਗੁਲਾਮ ਹਾਂ ਅਸੀਂ। ਗੁਲਾਮਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਹੁੰਦੇ, ਗੁਲਾਮਾਂ ਨੂੰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ, ਉਹਨਾਂ 'ਤੇ ਮਾਲਾ ਸਿੱਟੀ ਜਾਂਦੀਆਂ ਇੱਕ, ਅਤੇ ਆਪਦੇ ਉਹਦੇ 'ਚ ਮੋਤੀ ਜੇਬ ਵੰਡ ਕੇ ਆਪਦੀਆਂ ਜੇਬ 'ਚ ਪਾ ਕੇ ਉਹ ਘਰਾਂ ਨੂੰ ਤੁਰ ਜਾਂਦੇ ਆ। ਹੁਣੇ ਅਸੀਂ ਡਿਸਾਈਡ ਕਰ ਲਈਏ ਵੀ ਅਸੀਂ ਖਰਾਤਾਂ ਲੈਣੀਆਂ ਕਿ ਹੱਕ ਲੈਣੇ ਆ। ਜੇ ਹੱਕ ਲੈਣੇ ਆ ਤਾਂ ਫਿਰ ਲੜਾਈ ਲੜੋ, ਆ ਜਾਓ ਫਿਰ ਮੈਦਾਨ 'ਚ। ਅਤੇ ਜਿਹੜੀ ਗੱਲ ਆ, ਗੱਲ ਹੁਣ ਖਾਲਿਸਤਾਨ 'ਤੇ ਵਾਪਸ ਆਉਣੇ ਆ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਤੋਂ ਮੈਨੂੰ ਪ੍ਰੋਬਲਮ ਨਹੀਂ ਆ, ਪਰ ਉਹ ਭਾਸ਼ਾ ਨੇ ਸਾਨੂੰ
ਪਿਛਲੇ 30-35 ਸਾਲਾਂ 'ਚ ਕੁਛ ਨਹੀਂ ਦਿੱਤਾ, ਇੱਕ ਕਾਰਨਰ 'ਤੇ ਲਿਆ ਕੇ ਖੜਾ ਕਰ ਦਿੰਦੀ ਆ ਉਹ ਭਾਸ਼ਾ। ਬਾਕੀ ਸਾਰੇ ਵਰਗ ਸਾਡੇ ਤੋਂ ਟੁੱਟ ਜਾਂਦੇ ਆ, ਸਾਡੇ ਹਿੰਦੂ ਸਾਡੇ ਤੋਂ ਟੁੱਟ ਜਾਂਦੇ ਆ, ਸਾਡੇ ਦਲਿਤ ਸਾਡੇ ਤੋਂ ਟੁੱਟ ਜਾਂਦੇ ਆ, ਸਾਡੇ ਮੁਸਲਮਾਨ ਵੀ ਸਾਡੇ ਤੋਂ ਟੁੱਟ ਜਾਂਦੇ ਆ। ਉਹ ਕਹਿੰਦੇ ਇਹ ਤਾਂ ਫੈਨੈਟਿਕ ਹੋ ਗਏ, ਹਾਲਾਂਕਿ ਉਹ ਗੱਲ ਫੈਨੈਟਿਕ ਦੀ ਨਹੀਂ ਆ, ਪਰ ਇਹ ਇੱਕ ਮਾਨਸਿਕਤਾ ਬਣ ਗਈ ਆ। ਇਸ ਕਰਕੇ ਸਾਨੂੰ ਭਾਸ਼ਾ ਬਦਲਣੀ ਪਊਗੀ, ਅਰਥ ਚਾਹੇ ਉਹੀ ਰੱਖ ਲਈਏ, ਸਾਨੂੰ ਨਵੀਂ ਭਾਸ਼ਾ ਘੜਨੀ ਪਊਗੀ ਜਿਹੜੀ ਭਾਸ਼ਾ ਹਰ ਕਿਸੇ ਨੂੰ ਸਾਡੇ ਹਰ ਵਰਗ ਨੂੰ ਸਮਝ ਆਵੇ, ਸਾਡੇ ਹਿੰਦੂ ਨੂੰ ਵੀ ਸਮਝ ਆਵੇ, ਸਾਡੇ ਮੁਸਲਮਾਨ ਨੂੰ ਵੀ ਸਮਝ ਆਵੇ, ਸਾਡੇ ਹੋਰ ਵੀ ਵਰਗਾਂ ਨੂੰ ਉਹ ਭਾਸ਼ਾ ਸਮਝ ਆਵੇ, ਕਿ ਇਕੱਲੀ ਆਪਾਂ ਸਿੱਖਾਂ ਤੱਕ ਹੀ ਭਾਸ਼ਾ ਰੱਖਣੀ ਆ। ਇਹ ਤੁਸੀਂ ਆਪ ਡਿਸਾਈਡ ਕਰ ਲਓ। ਜੇ ਇਕੱਲੀ ਸਿੱਖਾਂ ਤੱਕ ਭਾਸ਼ਾ ਰੱਖਣੀ ਆਪਾਂ ਉਹ ਬੋਲ ਲੈਂਦੇ ਹਾਂ, ਜੇ ਹਰ ਵਰਗ ਨੂੰ ਸਮਝ ਆਉਣ ਵਾਲੀ ਭਾਸ਼ਾ ਬੋਲਣੀ ਆ ਤਾਂ ਉਹ ਬੋਲ ਲੈਂਦੇ ਹਾਂ। ਇਹ ਤਾਂ ਸੰਗਤ ਡਿਸਾਈਡ ਕਰ ਲਏ, ਫਿਰ ਮੈਨੂੰ ਜਿਵੇਂ ਹੁਕਮ ਲਾਉਣਗੇ ਉਵੇਂ ਕਰ ਲਾਂਗੇ ਆਪਾਂ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਕੋਈ ਨਹੀਂ। ਹਾਂਜੀ, ਜਿੱਥੇ ਖੜ ਗਏ ਆ ਕੇ ਕਈ ਵਾਰੀ ਚੜ੍ਹਦੇ ਚੜ੍ਹਦੇ ਇੱਕ ਸੈੱਟਬੈਕ ਜਿਹਾ ਲੱਗਦਾ ਹੁੰਦਾ, ਪਰ ਉਹ ਸੈੱਟਬੈਕ ਸੁਭਾਵਿਕ ਹੀ ਆ, ਲੱਗਦੇ ਹੀ ਹੁੰਦੇ ਆ, ਕਿਸੇ ਵੀ ਸੰਘਰਸ਼ 'ਚ ਲੱਗਦੇ ਹੀ ਹੁੰਦੇ ਆ। ਹੁਣ ਆਪਾਂ ਤੁਸੀਂ ਅੱਜ ਅੰਮ੍ਰਿਤਸਰ ਦੀ ਸੰਗਤ ਆਈ ਆ, ਕਿਤੋਂ ਹੋਰ ਵੀ ਜਿਹੜੇ ਜੰਡਿਆਲਾ ਗੁਰੂ ਤੋਂ ਆਏ ਆ, ਤੁਸੀਂ ਆਪਦੇ ਆਪਦੇ ਉੱਥੇ ਜਾ ਕੇ ਖੜ੍ਹੇ ਕਰੋ ਬੰਦੇ, ਐਟਲੀਸਟ ਬੋਲਣ ਵਾਲੀਆਂ ਰੂਹਾਂ ਤਾਂ ਖੜ੍ਹੀਆਂ ਕਰੋ ਜਿਹੜੇ ਆਵਾਜ਼ ਬੁਲੰਦ ਕਰਨ। ਆਪਾਂ ਆਪਦੇ ਅਰਗੇ 100 ਬੰਦਾ ਵੀ ਦੇ ਗਏ ਪੰਜਾਬ ਨੂੰ, ਸਾਡੀ ਬਹੁਤ ਵੱਡੀ ਪ੍ਰਾਪਤੀ ਆ। ਸੱਚ ਤਾਂ ਬੋਲ ਗਏ, ਗੱਲ ਤਾਂ ਇਕੱਲੇ ਸੱਚ ਦੀ ਹੈ ਨਾ। ਆਪਾਂ ਤਾਂ ਇਹ ਨਹੀਂ ਕਹਿ ਰਹੇ ਤੁਸੀਂ ਆਓ ਜੀ ਹਥਿਆਰਬੰਦ ਲੜਾਈ ਲੜੋ, ਨਹੀਂ, ਸ਼ਾਂਤਮਈ ਢੰਗ ਨਾਲ ਲੜਾਈ ਲੜ ਰਹੇ ਹਾਂ, ਸੱਚ ਬੋਲੋ। ਜੇ ਅਸੀਂ ਸੱਚ ਬੋਲਣ ਵਾਲੀਆਂ ਰੂਹਾਂ ਹੀ ਦੇ ਗਏ 100-200 ਬੰਦਾ, ਬਹੁਤ ਵੱਡੀ ਪ੍ਰਾਪਤੀ ਆ ਆਪਣੀ। ਔਰ ਮੈਂ ਇੱਕ ਵਾਰੀ ਫੇਰ ਕਹਿੰਦਾ, ਜਿੱਡੀ ਵੱਡੀ ਸ਼ਕਤੀ ਸੱਚ ਦੀ ਆ, ਉੱਡੀ ਸ਼ਕਤੀ ਜਿੱਡਾ ਮਰਜ਼ੀ ਕੋਈ ਤਗੜੀ ਸਰਕਾਰ ਹੋਵੇ, ਕੋਈ ਹੋਰ ਧਿਰ ਹੋਵੇ, ਕੋਈ ਵਿਚਾਰਧਾਰਾ ਹੋਵੇ, ਜੇ ਉਹਦੇ ਕੋਲ ਸੱਚ ਹੈ ਨਹੀਂ ਪਿੱਛੇ, ਤਾਂ ਉਹਨੇ ਨਹੀਂ ਚੱਲਣਾ ਬਾਹਲੀ ਦੇਰ, ਉਹ ਡਿੱਗ ਹੀ ਪੈਣਾ। ਸੋ ਸੰਗਤ ਨੂੰ ਮੇਰੀ ਬੇਨਤੀ ਹੈ ਜੀ, ਇਦੋਂ ਬਾਅਦ ਆਪਾਂ ਹੋਰ ਜ਼ਿਆਦਾ ਸ਼ਮੂਲੀਅਤ ਲੈ ਕੇ ਇੱਥੇ ਆਪਦੇ ਜਿਹੜੇ ਦੋਸਤ ਯਾਰ ਮਿੱਤਰ ਹੋਰ ਸੰਗਤ ਆ ਉਹਨਾਂ ਨੂੰ ਲੈ ਕੇ ਪਹੁੰਚੀਏ। ਅਤੇ ਤੁਸੀਂ ਜੇ ਕਿਸੇ ਨੇ ਆਪਦੀ ਗੱਲਬਾਤ ਕਰਨੀ ਹੋਵੇ, ਬੇਖੌਫ ਆ ਕੇ ਗੱਲਬਾਤ ਕਰੋ, ਕੋਈ ਐਸੀ ਗੱਲ ਨਹੀਂ ਆ ਵੀ ਆਪਾਂ ਕਿਸੇ ਗੱਲ 'ਤੇ ਕਿਸੇ 'ਤੇ, ਕਿਉਂਕਿ ਆਪਣਾ ਮੰਚ ਹੀ ਇਹ ਆ। ਇੱਥੇ ਕੋਈ ਵੀ ਆ ਕੇ, ਕੋਈ ਹਿੰਦੂ ਭਰਾ ਵੀ ਆ ਕੇ ਆਪਦੇ ਵਿਚਾਰ ਰੱਖ ਸਕਦਾ, ਮੈਂ ਉਹਦੇ ਨਾਲ ਉਸ ਗੱਲ ਨੂੰ ਵੀ ਸੁਣਨ ਦੀ ਸਾਡੇ ਕੋਲ ਮਾਦਾ ਸਾਡੇ ਅੰਦਰ ਹੋਣਾ ਚਾਹੀਦਾ। ਕੋਈ ਮੁਸਲਮਾਨ ਵੀ ਰੱਖੇ, ਕੋਈ ਹੋਰ ਬੰਦਾ ਵੀ ਆ ਕੇ ਰੱਖੇ। ਗੁਰਮਤ ਤਾਂ ਜਿਹੜੀ ਇਹੀ ਕਹਿੰਦੀ ਆ ਵੀ ਸੁਣੋ ਕੁਛ, ਸੁਣੀਏ ਕੁਛ ਕਹੀਏ। ਜੇ ਅਸੀਂ ਸੁਣਾਂਗੇ ਹੀ ਨਹੀਂ, ਇਕੱਲਾ ਕਹੀ ਜਾਵਾਂਗੇ, ਫਿਰ ਤਾਂ ਗੱਲ ਤਾਂ ਗੁਰਮਤ ਦੀ ਨਹੀਂ ਹੋਈ ਨਾ। ਸੋ ਇੰਨੀਆਂ ਕੁ ਗੱਲਾਂ ਮੇਰੇ ਮਨ 'ਚ ਜੋ ਬੈਠੇ ਬੈਠੇ ਆ ਗਈਆਂ ਸੀ ਜੀ, ਸਹਿ ਸੁਭਾ ਕੇ ਹੀ ਜਿਹੜੀ ਗੱਲ ਹੁੰਦੀ ਆ ਉਹ ਆਪਾਂ ਕਰ ਲਈਆਂ। ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।